ਮੈਂ ਬਲਵਿੰਦਰ ਸਿੰਘ, ਪਿੰਡ ਜੱਸੋ ਮਿਆਰ। ਮੇਰੀ ਵਾਈਫ ਨਾਲ ਹਾਲੇ ਦੋ ਥੋੜ੍ਹੇ ਕੁ ਦਿਨ ਹੋਏ, ਇੱਕ ਹਾਦਸਾ ਹੋ ਗਿਆ, ਉਹ ਆਪਣੇ ਆਪ ਨੂੰ ਫਾਂਸੀ ਲਗਾ ਕੇ ਉਹਨਾਂ ਨੇ ਸੁਸਾਈਡ ਕਰ ਲਈ। ਇੱਕ ਬੰਦੇ ਨੇ ਪਰੇਸ਼ਾਨ ਕੀਤਾ ਸੀ ਉਹਨਾਂ ਨੂੰ, ਹੁਣ ਉਹ ਰੈਂਪੀ ਉਰਫ ਸੁਖਨਿੰਦਰ ਸਿੰਘ ਉਰਫ ਰੈਂਪੀ, ਇਸ ਨਾਂ ਦੇ ਵਿਅਕਤੀ ਨੇ ਮੇਰੀ ਸੀਮਾ ਨੂੰ ਕਾਲ ਕਰਕੇ ਵਾਰ ਵਾਰ ਪਰੇਸ਼ਾਨ ਕੀਤਾ, ਅਤੇ ਉਹਦੀਆਂ ਰਿਕਾਰਡਿੰਗਾਂ ਵੀ ਰੱਖੀਆਂ ਸੀ। ਸੀਮਾ ਨੇ ਮੈਨੂੰ ਦੱਸਿਆ, ਦੋ ਤਿੰਨ ਦਿਨ ਮੈਂ ਪੁੱਛਦੇ ਨੂੰ ਹੋ ਗਿਆ ਸੀ ਕਿ ਸੀਮਾ ਕੀ ਹੋਇਆ ਤੈਨੂੰ, ਕਿ ਤੂੰ ਚੁੱਪ ਚੱਪ ਗੱਲ ਹੀ ਰਹਿੰਦੀ ਹੈ, ਜਿਹੜੀਆਂ ਗੱਲਾਂ ਆ। ਅਤੇ ਸੀਮਾ ਨੇ ਮੈਨੂੰ ਦੱਸਿਆ, ਉਦੋਂ ਨਹੀਂ ਦੱਸਿਆ, ਅਤੇ ਉਹਨੇ ਮੈਨੂੰ ਇੱਕ ਦਿਨ ਪਹਿਲਾਂ ਜਿੱਦਾਂ ਮੇਰੇ ਨਾਲ ਉੱਥੇ ਕੰਮ 'ਤੇ ਗਈ, ਮੈਨੂੰ ਉੱਥੋਂ ਰੋਂਦੇ ਰੋਂਦੇ ਲੈ ਕੇ ਆਈ, ਸਾਢੇ ਦਸ ਪੌਣੇ ਗਿਆਰਾਂ ਦਾ ਟਾਈਮ ਹੋਣਾ, ਇਹ ਮੈਨੂੰ ਉੱਥੋਂ ਲੈ ਕੇ ਆਈ, ਕਹਿੰਦੀ ਇੱਦਾਂ ਇੱਦਾਂ ਇਹ ਬੰਦਾ ਮੈਨੂੰ ਟੋਰਚਰ ਕਰ ਰਿਹਾ, ਕਹਿੰਦਾ ਹੁਣ ਤੂੰ ਮੈਨੂੰ ਮਿਲ ਜਿੱਦਾਂ ਮਰਜ਼ੀ, ਕਹਿੰਦੀ ਨਹੀਂ ਤਾਂ ਮੈਂ ਤੇਰੇ ਘਰ ਵਾਲੇ ਨੂੰ ਵੀਡੀਓ ਰਿਕਾਰਡਿੰਗਾਂ ਮੇਰੇ ਤੋਂ ਹੈਗੀਆਂ ਆ, ਰਿਕਾਰਡਿੰਗਾਂ ਹੀ ਸੀ, ਵੀਡੀਓ ਨਹੀਂ ਸੀ ਕੋਈ, ਰਿਕਾਰਡਿੰਗਾਂ ਸੀ 10-12 ਦਿਨ ਦੀਆਂ ਜਿਹੜੀਆਂ ਸੀਗੀਆਂ। ਉਸ ਕਰਕੇ ਉਹਨੂੰ ਮੈਂਟਲੀ ਪ੍ਰਭਾਵ ਪਾ ਰਿਹਾ ਸੀ ਕਿ ਮੈਂ ਤੇਰੇ ਘਰ ਵਾਲੇ ਨੂੰ ਦੱਸ ਦੇਣਾ, ਡਰਾਉਣ ਦਾ ਧਮਕਾਉਂਦਾ ਸੀ ਉਹ, ਜਾਣੀ ਕਿ ਬੰਦਾ ਜੀ ਸਾਡੇ ਫੈਮਿਲੀ 'ਚੋਂ, ਸਾਡੇ ਟੱਬਰ 'ਚੋਂ, ਜਿੱਦਾਂ ਸਾਡਾ ਬੜਾ ਭਰਾ ਜਿਹਨੂੰ ਕਹਿੰਦੇ ਆਪਾਂ, ਜੇ ਤੋਂ ਗੱਲਾਂ ਕੁਛ ਸਿੱਖੀ ਦੀਆਂ, ਕਹਿਣਾ ਭਾਅ ਜੀ ਅਸੀਂ ਕਿੱਦਾਂ ਕਰੀਏ, ਜਿਹੜੀ ਗੱਲ ਹੈ ਇਹ ਵਾਲਾ ਬੰਦਾ ਜੀ ਸਾਡੇ 'ਚ ਇੱਦਾਂ ਬੜਿਆ, ਜਿਹੜੀ ਗੱਲ ਆ। ਜਿੱਦਾਂ ਥੋੜ੍ਹਾ ਜਿਹਾ ਮਿਸਕੈਰੇਜ ਹੋ ਗਿਆ ਸੀ ਮੇਰੀ ਮਿਸਿਜ ਦਾ, ਅਤੇ ਇਹ ਬੰਦੇ ਤੋਂ ਅਸੀਂ ਥੋੜ੍ਹੇ ਜਿਹੇ ਪੈਸੇ ਲਏ ਸੀਗੇ, ਇਹ ਬੰਦੇ ਨੂੰ ਅਸੀਂ ਉੱਦਾਂ ਬੋਰਡ 'ਤੇ ਉਹ ਪੈਸੇ, ਅਤੇ ਇਸ ਕਰਕੇ ਉਹ ਗੱਲਬਾਤ ਜਿੱਦਾਂ ਮਾੜੀ ਮੋਟੀ ਹੋ ਹੀ ਜਾਂਦੀ ਹੈ, ਹੈ ਨਾ। ਅਤੇ ਉਹਨੂੰ ਵਾਰ ਵਾਰ ਪਰੇਸ਼ਾਨ ਕਰਦਾ ਸੀਗਾ ਫੋਨ ਕਰਕੇ, ਅਤੇ ਉਹ ਸੀ ਜਿੱਦਾਂ ਇਹਨੇ ਉਹਨੂੰ ਆਪਣੇ ਆਪ ਚੱਕਰ 'ਚ ਜਿੱਦਾਂ ਫਸਾ ਲਿਆ। ਅਤੇ ਉਸ ਦਿਨ ਅਸੀਂ ਇਹਨਾਂ ਦੇ ਘਰ ਆਏ, ਸੀਮਾ ਮੈਨੂੰ ਲੈ ਕੇ ਆਈ ਜਦੋਂ ਕੰਮ ਤੋਂ, ਅਤੇ ਅਸੀਂ ਇਹਨਾਂ ਦੇ ਘਰ ਗਏ ਸੀ। ਭਾਬੀ ਨਾਲ ਗੱਲ ਕੀਤੀ, ਮੈਂ ਕਿਹਾ ਭਾਬੀ ਦੇਖੋ, ਮੈਂ ਕਿਹਾ ਭਾਅ ਜੀ ਇੱਦਾਂ ਇੱਦਾਂ, ਮੈਂ ਕਿਹਾ ਸੀਮਾ ਕਹਿੰਦੀ ਇੱਦਾਂ ਰਿਕਾਰਡਿੰਗ ਵਗੈਰਾ, ਅਤੇ ਭਾਬੀ ਨੇ ਪਰੇਸ਼ਾਨ ਹੋਇਆ, ਭਾਬੀ ਵੀ ਹੱਥੋਂ ਪਾਈ ਹੋਏ ਭਾਅ ਜੀ ਨਾਲ, ਅਤੇ ਮੇਰੀ ਸੀਮਾ ਵੀ ਉਹ ਵੀ ਥੋੜ੍ਹਾ ਜਿਹਾ ਜ਼ਿਆਦਾ ਗੁੱਸੇ 'ਚ, ਔਰ ਰੈਂਪੀ ਨੂੰ ਕਹਿੰਦੀ ਸੀ, ਕਹਿੰਦੀ ਭਾਅ ਜੀ ਹੁਣ ਤੁਸੀਂ ਰਿਕਾਰਡਿੰਗਾਂ ਸੁਣਾਓ ਕਿਹੜੀਆਂ ਤੁਸੀਂ ਸੁਣਾਉਂਦੇ ਹੋ। ਇਹ ਬੰਦੇ ਨੇ ਉਸ ਟਾਈਮ ਸਾਫ਼ ਹੀ ਜਵਾਬ ਦਿੱਤਾ, ਕਹਿੰਦਾ ਮੇਰੇ ਤੋਂ ਰਿਕਾਰਡਿੰਗਾਂ ਮੈਂ ਡਿਲੀਟ ਕਰਦੀ ਹਾਂ, ਕਹਿੰਦਾ ਬੰਦੇ ਮੈਰਿਜ ਹੋਈ ਨੂੰ ਸਾਡੇ ਸਰ 5 ਸਾਲ ਹੋ ਗਏ ਜੀ। ਅਤੇ ਕਿੰਨੇ ਬੱਚੇ ਸੀ ਤੁਹਾਡੇ? ਮੇਰਾ ਇੱਕ ਬੱਚਾ ਜੀ ਮੋਹਿਤ, ਉਹ 3 ਕੁ ਸਾਲ ਦੇ ਕਰੀਬ ਹੈਗਾ ਜੀ। ਹਾਂਜੀ, ਅਤੇ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਸਰ ਕਿ ਸਾਡਾ ਨਾ ਉਹ ਜਿਹੜਾ ਬੰਦਾ ਜੀ ਉਹ ਸ਼ਰੇਆਮ ਘੁੰਮ ਰਿਹਾ, ਅਤੇ ਅਸੀਂ ਉਹਨੂੰ ਚਾਹੁੰਦੇ ਹਾਂ ਕਿ ਉਹਦੀ ਗ੍ਰਿਫਤਾਰੀ ਹੋਵੇ, ਉੱਥੇ ਉਹਦੀ ਵੱਧ ਤੋਂ ਵੱਧ ਸਜ਼ਾ ਲੱਗੇ, ਜੋ ਕਿ ਸਾਡੇ ਮੇਰੀ ਸੀਮਾ ਨੂੰ ਨਾ ਇਨਸਾਫ਼ ਮਿਲ ਸਕੇ। ਪਿੰਡ ਜੱਸੋ ਮਜਾਰੇ ਦੀ ਇੱਕ ਔਰਤ, ਜਿਹਦਾ ਨਾਂ ਸੀਮਾ ਹੈ ਔਰ ਹਸਬੈਂਡ ਦਾ ਨਾਂ ਬਲਬੀਰ ਸਿੰਘ ਹੈ, ਉਹਨੇ ਆਤਮ ਹੱਤਿਆ ਗਲੇ 'ਚ ਫੰਦਾ ਪਾ ਕੇ ਕਰ ਲਈ ਸੀ, ਔਰ ਉਹਦੀ ਮੌਤ ਤੋਂ ਬਾਅਦ ਉਹਦੇ ਹਸਬੈਂਡ ਦੇ ਬਿਆਨਾਂ 'ਤੇ, ਬਲਬੀਰ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਨੰਬਰ 19 ਜੇਲ੍ਹ ਧਾਰਾ 306 APC ਦਰਜ ਰਜਿਸਟਰ ਕੀਤਾ ਗਿਆ ਥਾਣਾ ਬਹਿਰਾਮ 'ਚ। ਉਹਨੇ ਬਿਆਨ ਕੀਤਾ ਕਿ ਇੱਕ ਜਿਹੜਾ ਰਿਸ਼ਤੇ ਦੇ ਵਿੱਚ ਉਹਦਾ ਭਰਾ ਲੱਗਦਾ ਸੀ ਸੁਖਨਿੰਦਰ ਵਾਸੀ ਜੱਸੋ ਮਜਾਰਾ, ਉਹ ਉਹਦੀ ਵਾਈਫ ਨੂੰ ਫੋਨ ਕਰਦਾ ਸੀ, ਜਿਸ ਪਰੇਸ਼ਾਨੀ 'ਚ ਆ ਕੇ ਉਹਦੀ ਵਾਈਫ ਨੇ ਜਿਹੜੀ ਹੈਗੀ ਆ ਉਹ ਇਹ ਆਤਮ ਹੱਤਿਆ ਕਮਿਟ ਕੀਤੀ। ਇਹ ਸਰ ਜਿਹੜਾ ਤੰਗ ਪਰੇਸ਼ਾਨ ਕਰਦਾ ਸੀ ਕਿੱਥੋਂ ਦਾ ਰਹਿਣ ਵਾਲਾ? ਜੱਸੋ ਮਜਾਰੇ ਦਾ ਰਹਿਣ ਵਾਲਾ, ਔਰ ਉਹਨਾਂ ਦਾ ਰਿਸ਼ਤੇ ਦੇ ਵਿੱਚ ਹੀ ਜਿਹੜਾ ਇਹਦੇ ਹਸਬੈਂਡ ਆ ਉਹਦਾ ਭਰਾ ਲੱਗਦਾ। ਅੱਛਾ ਜੀ।